ਹਾਂਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ। ਬਿਲਕੁਲ ਨਾ ਭੁੱਲਿਓ। ਚੱਲਦੇ ਹਾਂ ਅੱਜ ਦੀ ਆਪਣੀ ਖਾਸ ਖਬਰ ਦੇ ਉੱਤੇ। ਹੋਇਆ ਇਸ ਤਰ੍ਹਾਂ ਕਿ ਇੱਕ ਘਟਨਾ ਹੋਈ ਹੈ ਇੱਥੇ ਇੱਕ ਲੈਪੈਂਡ ਪੈਂਦਾ ਹੈ ਜੀ ਮਲੋਦੇ ਨੇੜੇ ਰੂਜ਼ਿਆਣਾ। ਇੱਥੇ ਜਿਹੜਾ ਹਾਦਸਾ ਹੋਇਆ ਹੈ ਬਹੁਤ ਹੀ ਦਰਦਨਾਕ ਹਾਦਸਾ ਇਸ ਨੂੰ ਕਹਿ ਸਕਦੇ ਹਾਂ। ਹੋਇਆ ਇਸ ਤਰ੍ਹਾਂ ਕਿ ਇੱਕ ਮਾਤਾ ਜਿਹੜੀ ਕਿ ਆਪਣੇ ਬੱਚੇ ਨੂੰ ਨਹਾਉਣ ਦੇ ਵਾਸਤੇ ਤਿਆਰੀ ਕਰ ਰਹੀ ਸੀ ਤੇ ਉਸ ਤੋਂ ਬਾਅਦ ਉਸ ਦੀ ਮਾਂ ਨੇ ਕੀ ਕੀਤਾ ਕਿ ਇੱਕ ਜਿਹੜੀ ਬਾਲਟੀ ਉਸ ਦੇ ਵਿੱਚ ਪਾਣੀ ਲਿਆ ਤੇ ਪਾਣੀ ਨੂੰ ਬਿਜਲੀ ਦੀ ਰਾਡ ਜਿਹੜੀ ਸੀ ਉਸ ਦੇ ਨਾਲ ਗਰਮ ਕੀਤਾ। ਪਾਣੀ ਗਰਮ ਇਸ ਕਰਕੇ ਕੀਤਾ ਤਾਂ ਕਿ ਜਿਹੜਾ ਬੱਚਾ ਹੈ ਉਸ ਨੂੰ ਨਹਾਇਆ ਜਾ ਸਕੇ। ਜਦੋਂ ਬਾਲਟੀ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਤਾਂ ਜਿਹੜੀ ਉਸ ਦੀ ਮਾਤਾ ਉਸ ਬੱਚੇ ਦੀ ਮਾਤਾ ਪਾਣੀ ਦੇ ਵਿੱਚੋਂ ਰਾਡ ਨੂੰ ਬਿਜਲੀ ਵਾਲੀ ਰਾਡ ਨੂੰ ਕੱਢ ਕੇ ਕਮਰੇ ਦੇ ਵਿੱਚ ਰੱਖਣ ਦੇ ਵਾਸਤੇ ਜਾਂਦੀ ਹੈ ਤੇ ਜਿਹੜਾ ਬੱਚਾ ਸੀ ਉਸ ਨੂੰ ਬਾਲਟੀ ਦੇ ਕੋਲ ਹੀ ਰਹਿਣ ਦਿੱਤਾ। ਇਸ ਬੱਚੇ ਦੀ ਜਿਹੜੀ ਉਮਰ 1.5 ਸਾਲ ਦੀ ਦੱਸੀ ਗਈ ਹੈ। ਇਹ ਬੱਚਾ ਜਦੋਂ ਮਾਤਾ ਕਮਰੇ ਦੇ ਵਿੱਚ ਜਾਂਦੀ ਹੈ ਆਪਣਾ ਜਿਹੜੀ ਰਾਡ ਸੀ ਉਸ ਨੂੰ ਰੱਖਣ ਦੇ ਵਾਸਤੇ ਤੇ ਬੱਚਾ ਉਸ ਤੋਂ ਬਾਅਦ ਜਿਹੜਾ ਬਾਲਟੀ ਦੇ ਵਿੱਚ ਡਿੱਗ ਪੈਂਦਾ ਹੈ ਮਰਤਕ ਬੱਚੇ ਦੀ ਜਿਹੜੀ ਪਛਾਣ ਹੈ ਜੀ ਦੱਸਿਆ ਗਿਆ ਕਿ ਨਾਮ ਮਨਵੀਰ ਸਿੰਘ ਇਸ ਦੇ ਪਿਤਾ ਦਾ ਨਾਮ ਚਮਕੌਰ ਸਿੰਘ ਇੱਥੇ ਵੀ ਦੱਸਿਆ ਗਿਆ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਗਰਮ ਸੀ ਜਿਹਦੀ ਵਜ੍ਹਾ ਦੇ ਨਾਲ ਇਸ ਬੱਚੇ ਨੇ ਬਹੁਤ ਹੀ ਤੜਫ ਤੜਫ ਕੇ ਜਿਹੜੀ ਇਸ ਦੀ ਜਾਨ ਗਈ ਹੈ ਜਦੋਂ ਬੱਚਾ ਦੱਸਿਆ ਗਿਆ ਕਿ ਉਬਲਦੇ ਪਾਣੀ ਦੇ ਵਿੱਚ ਡਿੱਗਦਾ ਹੈ ਤਾਂ ਬੱਚੇ ਨੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਘਰ ਦੇ ਵਿੱਚ ਲੋਕ ਜਿਹੜੇ ਸਨ ਉਹ ਇਕੱਠੇ ਹੋ ਗਏ ਬੁਰੀ ਤਰ੍ਹਾਂ ਚੁੱਲਸ ਗਏ ਮਨਵੀਰ ਨੂੰ ਪਹਿਲਾਂ ਮਲੇਰ ਕੋਟਲਾ ਦਾ ਸਰਕਾਰੀ ਹਸਪਤਾਲ ਉੱਥੇ ਦਾਖਲਾ ਕਰਵਾਇਆ ਗਿਆ ਤੇ ਉੱਥੋਂ ਹਾਲਤ ਜਿਹੜੀ ਸੀ ਮਾੜੀ ਹਾਲਤ ਨੂੰ ਦੇਖਦੋ ਰਜਿੰਦਰਾ ਹਸਪਤਾਲ ਜਿਹੜਾ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਮਨਵੀਰ ਦੀ ਜਿਹੜੀ ਹਾਲਤ ਉਹਦੇ ਵਿੱਚ ਕੋਈ ਸੁਧਾਰ ਡਾਕਟਰ ਨੂੰ ਦਿਖਾਈ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਪੀਜੀਆਈ ਦੇ ਵਿੱਚ ਜਿਹੜਾ ਇਲਾਜ ਦੇ ਦੌਰਾਨ ਇਹ ਬੱਚੇ ਦੀ ਜਿਹੜੀ ਡੈਥ ਹੋਈ ਹੈ ਬਾਕੀ ਬਹੁਤ ਹੀ ਜ਼ਿਆਦਾ ਮਾੜੀ ਘਟਨਾ ਹੋਈ ਹੈ ਜਿਨ੍ਹਾਂ ਦੇ ਘਰ ਛੋਟੇ ਬੱਚੇ ਹਨ ਉਹਨਾਂ ਦੀਆਂ ਮਾਮਾਂ ਨੂੰ ਜਿਹੜਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਛੋਟ-ਛੋਟੀਆਂ ਗੱਲਾਂ ਦਾ ਖਿਆਲ ਰ ਜਿਦਾਂ ਕਿ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਹੁੰਦੀਆਂ ਨੇ ਕਈਆਂ ਥਾਵਾਂ ਤੇ ਇੰਡੀਆ ਵਿੱਚ ਵੀ ਕਿ ਬੋਰਵੈਲ ਦੇ ਵਿੱਚ ਬੱਚੇ ਡਿੱਗਦੇ ਹਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਬੱਚਿਆਂ ਦੀ ਜਾਨ ਦਾ ਬਹੁਤ ਵੱਡਾ ਖਤਰਾ ਹੁੰਦਾ ਹੈ ਤੇ ਘਟਨਾਵਾਂ ਅਕਸਰ ਇਹ ਹੁੰਦੀਆਂ ਹਨ ਇਸ ਤਰ੍ਹਾਂ ਦਾ ਜਿਹੜਾ ਖਿਆਲ ਮਾਤਾਵਾਂ ਨੂੰ ਘਰ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ